ਪਿਓ ਇੱਕ ਹਰ ਪੁੱਤ ਦੀ ਜ਼ਿੰਦਗੀ ਦੇ ਵਿੱਚ ਇੱਕ ਇਹੋ ਜਿਹੀ ਜ਼ਿੰਮੇਵਾਰੀ ਹੁੰਦੀ ਹੈ ਜੋ ਹਮੇਸ਼ਾ ਹੀ ਪਿਓ ਹਮੇਸ਼ਾ ਹੀ ਸੋਚਦਾ ਹੁੰਦਾ ਵਾ ਵੀ ਆਪਣੇ ਪੁੱਤ ਨੂੰ ਮੈਂ ਉਹ ਚੀਜ਼ ਕਰਕੇ ਦੇਵਾਂ ਸ਼ਾਇਦ ਜਿਹੜੀ ਮੈਂ ਦੇਖੀ ਔਰ ਉਹਨਾਂ ਦੇਖਾਂ। ਤੁਸੀਂ ਭਾਬੀ ਨਾਲ ਫੋਟੋ ਪਾਈ ਸੀਗੀ, ਉੱਥੇ ਲਿਖਿਆ ਸੀਗਾ ਕਿ ਥੈਂਕ ਯੂ ਮੇਰੀ ਜ਼ਿੰਦਗੀ 'ਚ ਆਉਣ ਲਈ, ਵੀ ਤੁਸੀਂ ਮੇਰਾ ਇੱਕੋ ਇੱਕ ਰੀਜ਼ਨ ਹੋ ਮੇਰੇ ਚਿਹਰੇ 'ਤੇ ਮੁਸਕਾਨ ਦਾ, ਮੇਰੀ ਜ਼ਿੰਦਗੀ 'ਚ ਖੁਸ਼ੀ ਦਾ ਅਤੇ ਮੇਰੀ ਕਾਮਯਾਬੀ ਦਾ। ਜੇ ਉਹ ਮੇਰੀ ਜ਼ਿੰਦਗੀ 'ਚ ਨਾ ਹੁੰਦੀ ਸ਼ਾਇਦ ਮੈਂ ਇੱਥੇ ਵੀ ਨਾ ਪਹੁੰਚਦਾ। ਸਾਰਾ ਕੁਛ ਜ਼ਿੰਦਗੀ ਦੀਆਂ ਕੜੀਆਂ ਦੇ ਮੁਤਾਬਿਕ ਜੁੜਿਆ ਹੋਇਆ, ਹਰ ਇੱਕ ਚੀਜ਼ ਹਰ ਇੱਕ ਧਾਗੇ ਨਾਲ ਜੁੜੀ ਹੋਈ ਆ, ਚਾਹੇ ਉਹ ਮੇਰੀ ਸਕਸੈਸ ਹੈ, ਚਾਹੇ ਮੇਰੀ ਪਰਸਨਲ ਲਾਈਫ ਆ, ਜਾਂ ਮੇਰਾ ਉਹਦਾ ਮੇਰਾ ਰਿਸ਼ਤਾ। ਤੁਹਾਡੀ ਛੋਟੀ ਹੁੰਦੀ ਫੋਟੋ ਦੇਖ ਕੇ ਨਾ ਮੇਰਾ ਤੁਹਾਡਾ ਸਟਰਗਲ ਹਮੇਸ਼ਾ ਮੇਰੇ ਦਿਲ 'ਚ ਆ ਜਾਂਦਾ, ਵੀ ਜਦੋਂ ਥੋੜ੍ਹੇ ਜਿਹੇ ਹੈਲਦੀ ਹੁੰਦੇ ਸੀਗੇ ਉਸ ਟਾਈਮ ਸਟਰਗਲ ਕਰਦੇ ਸੀ ਆਪਣੀ ਗਾਇਕੀ ਦਾ, ਅੱਜ ਇੱਕ ਅਦਾਕਾਰ ਬਣ ਚੁੱਕੇ ਹੋ। ਪਰ ਮੈਂ ਹਮੇਸ਼ਾ ਇਸ ਚੀਜ਼ 'ਤੇ ਬਹੁਤ ਪੋਜ਼ਿਟਿਵ ਰਿਹਾ, ਮੈਂ ਜਿੰਨੀ ਕੁ ਮਿਹਨਤ ਕਰਦਾ ਮੈਨੂੰ ਹਮੇਸ਼ਾ ਮੇਰੇ ਚਾਹੁਣ ਵਾਲਿਆਂ ਵੱਲੋਂ ਔਰ ਮੈਨੂੰ ਪਿਆਰ ਕਰਨ ਵਾਲਿਆਂ ਵੱਲੋਂ ਮੈਨੂੰ ਉਹ ਹਮੇਸ਼ਾ ਬਣਦਾ ਪਿਆਰ ਮੈਨੂੰ ਹਮੇਸ਼ਾ ਮਿਲਿਆ, ਚਾਹੇ ਉਹ ਪੂਰੀ ਫਿਲਮ ਦੀ ਗੱਲ ਕਰਾਂ, ਚਾਹੇ ਇੱਕ ਇੱਕ ਗਾਣੇ ਦੀ ਗੱਲ ਕਰਾਂ। ਮੇਰੇ ਨਾਲ ਨਿੰਜਾ ਵੀਰਾ ਮੌਜੂਦ ਹੈ, ਇਸ ਪੋਜ਼ਿਟਿਵਿਟੀ ਦਾ ਸਭ ਤੋਂ ਵੱਡਾ ਕਾਰਨ ਵੀਰੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਬਹੁਤ ਵਧੀਆ, ਤੁਸੀਂ ਠੀਕ ਹੋ? ਗੁੱਡ ਗੁੱਡ ਵੀਰੇ, ਵਧੀਆ। ਸੋਹਣੇ ਲੱਗ ਰਹੇ ਹੋ ਹਮੇਸ਼ਾ ਦੀ ਤਰ੍ਹਾਂ ਵੀਰੇ। ਥੈਂਕ ਯੂ ਸੋ ਮਚ ਜੀ, ਥੈਂਕ ਯੂ। ਤੁਹਾਡੀਆਂ ਸ਼ੇਡਸ ਬੜੀ ਮੈਨੂੰ ਪਿਆਰੀ ਲੱਗੀਆਂ ਨੇ। ਥੈਂਕ ਯੂ ਵੀਰੇ, ਮੈਂ ਨਹੀਂ ਮੰਗ ਰਿਹਾ। ਨਹੀਂ ਨਹੀਂ, ਲੈ ਲਓ ਲੈ ਲਓ, ਕੋਈ ਚੱਕਰ ਵਾਲੀ ਗੱਲ ਨਹੀਂ। ਨਿੰਜਾ ਵੀਰੇ, ਮੈਂ ਜਿਵੇਂ ਹੁਣ ਕਿਹਾ ਨਾ ਕਿ ਕਿਉਂਕਿ ਨਾ ਇੱਕ ਸਵਾਲ ਨਾ ਮੇਰੇ ਦਿਲ 'ਚ ਨਾ ਪਰਸੋਂ ਦੀ ਵੀਡੀਓ ਦੇਖ ਕੇ ਆ ਹੀ ਗਿਆ ਸੀਗਾ, ਕੁਦਰਤੀ ਅੱਜ ਦੇਖੋ ਮੁਲਾਕਾਤ ਹੋ ਗਈ। ਕਲਾਕਾਰ ਦੀ ਜ਼ਿੰਦਗੀ 'ਚ ਨਾ ਸਭ ਤੋਂ ਜ਼ਰੂਰੀ ਹੁੰਦੀ ਹੈ ਸਟੇਜ, ਤੁਹਾਡੇ ਹਿੱਸੇ ਸਟੇਡੀਅਮ ਐਡ ਹੋ ਚੁੱਕਿਆ ਆ, ਇੱਕ ਸਟੇਜ 'ਤੇ ਇੱਕ ਸਟੇਡੀਅਮ, ਇਹਦੀ ਖੁਸ਼ੀ ਕਿੰਨੀ ਕੁ? ਇਹ ਤਾਂ ਮੈਂ ਆਪਣੇ ਆਪ ਨੂੰ ਕਰਮ ਵਾਲਾ ਸਮਝਦਾ ਵਾਂ ਵੀ ਮੇਰੇ ਕੋਲ ਇੱਕ ਟਾਈਮ 'ਤੇ ਮੇਰੇ ਕੋਲ ਦੋਨੇ ਤਿੰਨੇ ਚੀਜ਼ਾਂ ਮੇਰੀ ਲਾਈਫ ਦੇ ਵਿੱਚ ਹੈਗੀਆਂ ਨੇ, ਕਿਉਂਕਿ ਸਪੋਰਟਸ ਇੱਕ ਤੁਹਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਜ਼ਰੀਆ ਹੁੰਦਾ ਵਾ ਜਿਹਦੇ ਕਰਕੇ ਤੁਸੀਂ ਹਮੇਸ਼ਾ ਐਨਰਜੀ ਦੇ ਵਿੱਚ ਰਹਿੰਦੇ ਹੋ ਔਰ ਗਰਾਊਂਡ ਤੁਹਾਨੂੰ ਹਮੇਸ਼ਾ ਪੋਜ਼ਿਟਿਵ ਰੱਖਦਾ ਔਰ ਹਮੇਸ਼ਾ ਬੱਚਾ ਤੁਹਾਡਾ ਜਿਹੜਾ ਤੁਹਾਡੇ ਅੰਦਰ ਜਿਉਂਦਾ ਹੁੰਦਾ ਉਹ ਕਦੀ ਮਰਨ ਨਹੀਂ ਦਿੰਦਾ। ਸੋ ਇਹ ਮੈਂ ਬਲੈਸਡ ਹਾਂ, ਮੈਂ ਕਹਿ ਸਕਦਾ ਮੈਂ ਬਹੁਤ ਬਲੈਸਡ ਹਾਂ ਔਰ ਸ਼ੁਕਰ ਹੈ ਪਰਮਾਤਮਾ ਦਾ। ਐਂਡ ਤੁਹਾਨੂੰ ਪਤਾ ਸਾਨੂੰ ਕਿੰਨੀ ਖੁਸ਼ੀ ਹੁੰਦੀ ਹੈ, ਕਿਉਂਕਿ ਨਾ ਸਾਨੂੰ ਇਸ ਚੀਜ਼ ਦੀ ਖੁਸ਼ੀ ਹੁੰਦੀ ਹੈ ਕਿ ਚਲੋ ਪੰਜਾਬੀ ਸਾਡਾ ਭਰਾ ਤਾਂ ਹੈ ਹੀ ਹੈ, ਪਰ ਇਸ ਚੀਜ਼ ਜ਼ਿਆਦਾ ਖੁਸ਼ੀ ਹੁੰਦੀ ਆ ਕਿ ਜਿੱਥੇ ਆਪਾਂ ਇੰਡੀਅਨ ਕ੍ਰਿਕਟਰਸ ਨੂੰ ਦੇਖਦੇ ਹਾਂ ਨਾ, ਤਾਂ ਤੁਹਾਡੇ ਵਾਸਤੇ ਇਹ ਥੋੜ੍ਹਾ ਯੂ ਨੋ ਮਾਇੰਡ ਸੈੱਟ ਕਲੀਅਰ ਹੋਣਾ, ਕਿਉਂਕਿ ਨਾ ਮਾਇੰਡ ਸੈੱਟ ਕਲੀਅਰ ਹੋਣਾ ਬਹੁਤ ਜ਼ਰੂਰੀ ਆ ਸਪੋਰਟਸ ਦੇ ਮਾਇਨੇ 'ਚ ਤਾਂ ਵੈਸੇ ਵੀ, ਪਰ ਇਸ ਚੀਜ਼ ਦੀ ਖੁਸ਼ੀ ਆ ਆਪਾਂ ਸੋਚ ਪਾਉਂਦੇ ਹਾਂ ਕਿ ਆਉਣ ਵਾਲੇ ਟਾਈਮ 'ਚ ਵੀ ਨਿੰਜੇ ਨੂੰ ਅਸੀਂ ਉੱਥੇ ਜ਼ਰੂਰ ਦੇਖਾਂਗੇ ਜਿੱਥੇ ਅਸੀਂ ਇੰਡੀਅਨ ਕ੍ਰਿਕਟ ਟੀਮ ਦੇ ਯੂ ਨੋ ਹੈਡਸ ਆਫ ਵੀ ਆਈ ਯੂ ਨੋ ਚੇਅਰਅਪ ਕਰਦੇ ਹੁੰਦੇ ਹਾਂ। ਦੇਖੋ ਇਹ ਤਾਂ ਮੈਂ ਫਿਰ ਉਹੀ ਗੱਲ ਆ ਵੀ ਮੇਰੀ ਇਸ ਚੀਜ਼ ਨੂੰ ਜੇ ਉਸ ਚੀਜ਼ ਦਾ ਮੇਰੇ ਅੰਦਰ ਇੱਕ ਸਪਾਰਕ ਸੀਗਾ ਸ਼ਾਇਦ ਉਹ ਤਾਂ ਨਿਕਲ ਕੇ ਆਇਆ, ਕਿਉਂਕਿ ਸਟਰਗਲ ਦੇ ਟਾਈਮ ਦੌਰਾਨ ਜਿਸ ਬੱਚੇ ਦੇ ਹਮੇਸ਼ਾ ਕ੍ਰਿਕਟ ਨੂੰ ਜਾਂ ਕਿਸੇ ਵੀ ਸਪੋਰਟਸ ਨੂੰ ਤਰਜੀਹ ਦਿੱਤੀ ਹੋਵੇ ਉਹ ਚੀਜ਼ਾਂ ਕਿਤੇ ਪਿੱਛੇ ਰਹਿ ਜਾਂਦਾ, ਪਰਮਾਤਮਾ ਕਿਸੇ ਵੀ ਉਮਰ ਦੇ ਵਿੱਚ ਉਹਨੂੰ ਅੱਗੇ ਲੈ ਕੇ ਆਉਂਦਾ, ਅਤੇ ਮੈਂ ਬਲੈਸਡ ਹਾਂ ਔਰ ਮੈਂ ਇਹ ਸਾਰਾ ਕੁਛ ਜੋ ਮੈਂ CCL ਦੇ ਵਿੱਚ ਵੀ ਗਿਆ ਔਰ ਮੈਂ ਇਸ ਲਈ ਆਪਣੇ ਵੱਡੇ ਭਰਾ ਬੱਬਲ ਬਾਈ ਦਾ ਬਹੁਤ ਥੈਂਕਸ ਕਰਦਾ ਜਿਨ੍ਹਾਂ ਨੇ ਮੈਨੂੰ ਰਿਕਮੈਂਡ ਕੀਤਾ ਵੀ ਹਾਂ ਇਹ ਇੱਕ ਚੰਗਾ ਪਲੇਅਰ ਆ ਔਰ ਉਹ ਪਲੇਅਰ ਜਿਹੜਾ ਸਾਡੀ ਟੀਮ ਲਈ ਕੁਛ ਕਰ ਸਕਦਾ ਔਰ ਇਹ ਸਾਥ ਇਹ ਪਿਆਰ ਇਹ ਮੁਹੱਬਤ ਜਿਹੜੀ ਬਣੀ ਹੋਈ ਆ ਬਸ ਇਹ ਜ਼ਿੰਦਾਬਾਦ ਹੀ ਰਹਿਣੀ ਚਾਹੀਦੀ ਹੈ ਔਰ ਕਦੀ ਡਾਊਨ ਨਹੀਂ ਹੋਣੀ ਚਾਹੀਦੀ, ਬਸ ਇਹ ਜ਼ਿੰਦਾਬਾਦ ਹੀ ਰਹੋ ਜ਼ਿੰਦਗੀ ਭਰ। ਐਂਡ ਵੀਰੇ ਮੈਂ ਨਾ ਇੱਕ ਨਾ ਕੈਪਸ਼ਨ ਨਾ ਮੈਂ ਨਾ ਪੜ੍ਹਿਆ ਸੀਗਾ ਬਹੁਤ ਟਾਈਮ ਪਹਿਲਾਂ, ਤੁਸੀਂ ਭਾਬੀ ਨਾਲ ਫੋਟੋ ਪਾਈ ਸੀਗੀ, ਉੱਥੇ ਲਿਖਿਆ ਸੀਗਾ ਕਿ ਥੈਂਕ ਯੂ ਮੇਰੀ ਜ਼ਿੰਦਗੀ 'ਚ ਆਉਣ ਲਈ,
ਵੀ ਤੁਸੀਂ ਮੇਰਾ ਇੱਕੋ ਇੱਕ ਰੀਜ਼ਨ ਹੋ ਮੇਰੇ ਚਿਹਰੇ 'ਤੇ ਮੁਸਕਾਨ ਦਾ, ਮੇਰੀ ਜ਼ਿੰਦਗੀ 'ਚ ਖੁਸ਼ੀ ਦਾ ਅਤੇ ਮੇਰੀ ਕਾਮਯਾਬੀ ਦਾ। ਇੱਕ ਇਨਸਾਨ ਦੀ ਜ਼ਿੰਦਗੀ 'ਚ ਨਾ ਬੜਾ ਜ਼ਰੂਰੀ ਹੁੰਦਾ ਜਦੋਂ ਉਹਦਾ ਪਾਰਟਨਰ ਸਪੋਰਟਿਵ ਹੋਵੇ ਹਰ ਇੱਕ ਚੀਜ਼ ਪੱਖੋਂ। ਤੁਹਾਡੀ ਫੀਲਡ ਵੀ ਐਸੀ ਹੈ ਕਿ ਜਿੱਥੇ ਸਪੋਰਟਿਵ ਹੋਣਾ ਬਹੁਤ ਜ਼ਰੂਰੀ ਆ, ਕਿਉਂਕਿ ਕੰਮ ਐਸਾ ਆ, ਸਾਡਾ ਪੇਸ਼ਾ ਐਸਾ ਆ। ਭਾਬੀ ਦਾ ਯੂਨੋ ਅੱਜ ਇੰਨਾ ਲੰਬਾ ਸਫ਼ਰ ਤੁਹਾਡੇ ਵਿਆਹ ਨੂੰ ਵੀ ਹੋ ਚੁੱਕਿਆ ਆ। ਯਾਰ ਉਹ ਹਮੇਸ਼ਾ ਮੈਨੂੰ ਸਪੋਰਟ ਕਰਦੀ ਰਹੀ ਆ ਜ਼ਿੰਦਗੀ ਦੇ ਵਿੱਚ। ਮੈਂ ਜਿੱਥੇ ਵੀ ਥੋੜ੍ਹਾ ਬਹੁਤ ਵੀ ਕਿਤੇ ਆਪਣੀ ਜ਼ਿੰਦਗੀ 'ਚ ਮਾਯੂਸ ਹੋਇਆ ਤਾਂ ਉਹਨੇ ਹਮੇਸ਼ਾ ਸਪੋਰਟ ਕੀਤੀ ਆ, ਔਰ ਹਮੇਸ਼ਾ ਇੱਕੋ ਗੱਲ ਕੀਤੀ ਆ ਵੀ ਜੋ ਤੁਸੀਂ ਕਰ ਰਹੇ ਹੋ ਬਹੁਤ, ਇਹ ਮੈਨੂੰ ਪਤਾ ਵਾ ਵੀ ਕਿਸੇ ਜ਼ਿੰਦਗੀ ਦੇ ਵਿੱਚ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ, ਔਰ ਤੁਹਾਡੇ ਨਾਲ ਮਾੜਾ ਹੋ ਨਹੀਂ ਸਕਦਾ। ਉਹਦੇ ਇੰਨੇ ਕੀ ਬੋਲ ਮੈਨੂੰ ਬਹੁਤ ਪੋਜ਼ੀਟਿਵ ਕਰਦੇ ਨੇ, ਔਰ ਮੈਂ ਦਿਲ ਖੋਲ੍ਹ ਕੇ ਆਪਣੇ ਕੰਮ ਵੱਲ ਨੂੰ ਹੋ ਜਾਂਦਾ ਜੋ ਮੈਂ ਕਰਨਾ ਚਾਹੁੰਦਾ, ਔਰ ਉਹ ਮੈਨੂੰ ਨਹੀਂ ਲੱਗਦਾ ਵੀ ਉਸ ਉਹਦਾ ਜੇ ਉਹ ਮੇਰੀ ਜ਼ਿੰਦਗੀ 'ਚ ਨਾ ਹੁੰਦੀ ਸ਼ਾਇਦ ਮੈਂ ਇੱਥੇ ਵੀ ਨਾ ਪਹੁੰਚਦਾ। ਇਹ ਵੀ ਬਹੁਤ ਵੱਡਾ ਰੀਜ਼ਨ ਆ, ਔਰ ਸਾਰਾ ਕੁਝ ਜ਼ਿੰਦਗੀ ਦੀਆਂ ਕੜੀਆਂ ਦੇ ਮੁਤਾਬਿਕ ਜੁੜਿਆ ਹੋਇਆ, ਹਰ ਇੱਕ ਚੀਜ਼ ਹਰ ਇੱਕ ਧਾਗੇ ਨਾਲ ਜੁੜੀ ਹੋਈ ਆ, ਚਾਹੇ ਉਹ ਮੇਰੀ ਸਕਸੈਸ ਹੈ, ਚਾਹੇ ਮੇਰੀ ਪਰਸਨਲ ਲਾਈਫ ਆ, ਜਾਂ ਉਹਦਾ ਮੇਰਾ ਰਿਸ਼ਤਾ, ਜਾਂ ਮੇਰਾ ਮੇਰੇ ਆਡੀਅੰਸ ਨਾਲ ਰਿਸ਼ਤਾ, ਜੋ ਜਿੱਥੇ ਵੀ ਮੈਂ ਇੱਕ ਡੋਰ ਥਾਣੀ ਪਹੁੰਚਿਆ ਉਹ ਇੱਕ ਡੋਰ ਨਾਲ ਬੰਨੀ ਹੋਈ ਆ ਅਸੀਂ, ਔਰ ਇਹ ਸਾਰੀਆਂ ਚੀਜ਼ਾਂ ਇੱਕ ਮਤਲਬ ਸਰਕਲ ਦੇ ਨਾਲ ਹੀ ਚੱਲਦੀਆਂ ਪਈਆਂ ਨੇ, ਔਰ ਜੇ ਸ਼ਾਇਦ ਇਹਨਾਂ 'ਚੋਂ ਕੁਛ ਵੀ ਮਿਸ ਹੁੰਦਾ ਤਾਂ ਮੈਂ ਸ਼ਾਇਦ ਇੱਥੇ ਨਾ ਹੁੰਦਾ। ਇਨਸਾਨ ਦੀ ਜ਼ਿੰਦਗੀ ਵਿੱਚ ਨਾ ਜਦੋਂ ਵੀ ਉਹਦਾ ਕੋਈ ਨਾ ਕੋਈ ਫਿਲਮ ਜਾਂ ਗਾਣਾ ਹੁੰਦਾ ਹੈ ਨਾ, ਤਾਂ ਉਹ ਫੇਸ ਉਹ ਟਾਈਮ ਪੀਰੀਅਡ ਮਹੀਨੇ ਦਾ ਦੋ ਮਹੀਨੇ ਦਾ ਉਹ ਬੜਾ ਹੀ ਜ਼ਰੂਰੀ ਹੁੰਦਾ ਹੈ, ਕਿਉਂਕਿ ਕਲਾਕਾਰ ਬੜੀਆਂ ਸਾਰੀਆਂ ਚੀਜ਼ਾਂ ਦੇਖਦਾ, ਉਹ ਆਈ ਥਿੰਕ ਉਹ ਚੀਜ਼ਾਂ ਦੇਖਦਾ ਜਿਹਦੇ ਬਾਰੇ ਉਹਨੇ ਕਦੀ ਸੁਪਨਾ ਲਿਆ ਹੁੰਦਾ ਸੀਗਾ ਛੋਟੇ ਹੁੰਦੇ ਤੋਂ। ਤੁਹਾਡੇ ਛੋਟੇ ਹੁੰਦੇ ਦੀ ਫੋਟੋ ਦੇਖ ਕੇ ਨਾ ਮੇਰਾ ਤੁਹਾਡਾ ਸਟਰਗਲ ਹਮੇਸ਼ਾ ਮੇਰੇ ਦਿਲ 'ਚ ਆ ਜਾਂਦਾ, ਵੀ ਜਦੋਂ ਥੋੜ੍ਹੇ ਜਿਹੇ ਹੈਲਦੀ ਹੁੰਦੇ ਸੀਗੇ ਉਸ ਟਾਈਮ ਸਟਰਗਲ ਕਰਦੇ ਸੀ ਆਪਣੀ ਗਾਇਕੀ ਦਾ, ਅੱਜ ਇੱਕ ਅਦਾਕਾਰ ਬਣ ਚੁੱਕੇ ਹੋ। ਹਰ ਬੰਦਾ ਇਸ ਲਈ ਕਰਦਾ ਵਾ ਵੀ ਮੈਨੂੰ ਕਾਮਯਾਬੀ ਮਿਲੇ, ਪਰ ਕਈ ਵਾਰ ਕੁਛ ਚੀਜ਼ਾਂ ਇਹੋ ਜਿਹੀਆਂ ਹੋ ਜਾਂਦੀਆਂ ਨੇ ਜਿਹੜੀਆਂ ਸ਼ਾਇਦ ਤੁਸੀਂ ਉਸ ਚੀਜ਼ ਦੇ ਕਾਬਲ ਨਹੀਂ ਹੁੰਦੇ ਤਾਂ ਉਹ ਚੀਜ਼ ਦਾ ਉਨਾ ਕੁ ਰਿਜ਼ਲਟ ਮਿਲਦਾ। ਪਰ ਮੈਂ ਹਮੇਸ਼ਾ ਇਸ ਚੀਜ਼ 'ਤੇ ਬਹੁਤ ਪੋਜ਼ੀਟਿਵ ਰਿਹਾ, ਮੈਂ ਜਿੰਨੀ ਕੁ ਮਿਹਨਤ ਕਰਦਾ ਮੈਨੂੰ ਹਮੇਸ਼ਾ ਮੇਰੇ ਚਾਹੁਣ ਵਾਲਿਆਂ ਵੱਲੋਂ ਔਰ ਮੈਨੂੰ ਪਿਆਰ ਕਰਨ ਵਾਲਿਆਂ ਵੱਲੋਂ ਮੈਨੂੰ ਉਹ ਹਮੇਸ਼ਾ ਬਣਦਾ ਪਿਆਰ ਮੈਨੂੰ ਹਮੇਸ਼ਾ ਮਿਲਿਆ, ਚਾਹੇ ਉਹ ਪੂਰੀ ਫਿਲਮ ਦੀ ਗੱਲ ਕਰਾਂ, ਚਾਹੇ ਇੱਕ ਇੱਕ ਗਾਣੇ ਦੀ ਗੱਲ ਕਰਾਂ। ਔਰ ਅੱਜ ਵੀ ਫਿਲਮ ਦੀ ਗੱਲ 'ਤੇ ਮੈਂ ਬੈਠਾ, ਔਰ ਇਸ ਗੱਲ ਦੀ ਵੀ ਖੁਸ਼ੀ ਆ ਵੀ ਮੈਨੂੰ ਇਸ ਚੀਜ਼ ਲਈ ਨਹੀਂ ਦੇਖਿਆ ਜਾਂਦਾ ਵੀ ਮੈਂ ਸਿਰਫ ਇੱਕੋ ਜਿਹੀ ਚੀਜ਼ ਨੂੰ ਲੈ ਕੇ ਹਮੇਸ਼ਾ ਲੈ ਕੇ ਆਉਣਾ, ਹਮੇਸ਼ਾ ਵਰਸਟੈਲਿਟੀ ਨੂੰ, ਹਮੇਸ਼ਾ ਸਿਨੇਮਾ ਨੂੰ, ਹਮੇਸ਼ਾ ਉਸ ਬਿਲੀਵੇਬਿਲਿਟੀ ਨੂੰ ਲੈ ਕੇ ਆਉਣਾ ਅੱਗੇ, ਜੋ ਇੱਕ ਕਰੈਕਟਰ ਨੂੰ ਜਿਹਨੂੰ ਵੀ ਮੈਂ ਅਪਣਾਉਣਾ ਅਤੇ ਉਹ ਚੀਜ਼ ਸ਼ਾਇਦ ਮੇਰੇ ਚਾਹੁਣ ਵਾਲਿਆਂ ਨੂੰ ਪਸੰਦ ਆਉਂਦੀ ਆ। ਔਰ ਇਹੀ ਮੇਰੇ ਲਈ ਬਹੁਤ ਵੱਡੀ ਗੱਲ, ਇੱਕ ਆਰਟਿਸਟ ਲਈ ਇੱਕ ਚੰਗੀ ਸਕ੍ਰਿਪਟ ਤਾਂ ਹੁੰਦੀ ਹੋਈ ਆ, ਪਰ ਉਹਦੇ ਲਈ ਇੱਕ ਉਹ ਗੱਲ ਜੋ ਕਰਨਾ ਚਾਹੁੰਦਾ ਜਦੋਂ ਉਹ ਸਾਹਮਣੇ ਵਾਲਿਆਂ ਨੂੰ ਵਿਸ਼ਵਾਸ ਹੁੰਦਾ ਵੀ ਇਹ ਚੀਜ਼ ਕਰ ਰਿਹਾ ਤਾਂ ਫਿਰ ਹੋਰ ਮਜ਼ਾ ਆਉਂਦਾ। ਐਂਡ ਇਹਦਾ ਵੀ ਸਭ ਤੋਂ ਵੱਡਾ ਪ੍ਰਭਾਵ ਨਿੰਜੇ ਵੀਰੇ ਸਾਨੂੰ ਪੈਂਦਾ ਆ ਕਿ ਜਦੋਂ ਤੁਸੀਂ ਉਹਨੂੰ ਆਪਣੇ ਕੰਟੈਂਟ ਵਿੱਚ ਨਾ, ਜਦੋਂ ਤੁਸੀਂ ਥੋੜ੍ਹਾ ਸਬਰ, ਜਿਵੇਂ ਜ਼ਿੰਦਗੀ ਜਿੱਦਾਂ ਵਧਾਈ ਸੀਗੀ ਨਾ, ਤੁਸੀਂ ਉਹਦੇ ਵਿੱਚ ਇੱਕ ਬਿਨਾਂ ਕੁਝ ਸੋਚੇ ਸਮਝੇ ਇੱਕ ਕ੍ਰੀਏਟਿਵ ਚੀਜ਼ ਵੱਲ ਧਿਆਨ ਦਿੱਤਾ, ਸਕ੍ਰਿਪਟ ਵੱਲ ਧਿਆਨ ਦਿੱਤਾ। ਜ਼ਿੰਦਗੀ ਜ਼ਿੰਦਾਬਾਦ ਵਿੱਚ ਵੀ ਯੂਨੋ ਤੁਹਾਡਾ ਕਿਰਦਾਰ ਸਪੈਸ਼ਲ ਸੀਗਾ, ਇਹਦੇ ਵਿੱਚ ਵੀ ਕਿਰਦਾਰ ਸਪੈਸ਼ਲ ਹੈ, ਕਿਉਂਕਿ ਇਹ ਵੀ ਇੱਕ ਸਟੋਰੀ ਆ ਕਿੰਨਰਾਂ ਦੀ, ਹੈ ਨਾ। ਜਦੋਂ ਤੁਸੀਂ ਇੱਦਾਂ ਦੀ ਚੀਜ਼ ਸੁਣੀ ਸੀਗੀ ਪਹਿਲੀ ਵਾਰੀ, ਜਾਂ ਜਦੋਂ ਤੁਸੀਂ ਇਸ ਚੀਜ਼ ਬਾਰੇ ਪਲੇਟਫਾਰਮ 'ਤੇ ਉਤਰੇ ਸੀਗੇ, ਨਿੰਜੇ ਵੀਰੇ, ਜ਼ਰੂਰ ਸਾਡੇ ਦਿਲ 'ਚ ਨਾ ਕੁਛ ਅਗਰ ਆਪਾਂ ਅਲੱਗ ਕਰਦੇ ਹਾਂ ਤਾਂ ਉਹ ਫੀਲ ਹੁੰਦਾ ਹੈ ਵੀ ਹਾਂ ਯਾਰ ਵਾਕਿਆ 'ਚ ਬੜਾ ਅਲੱਗ ਹੈ। ਐਤਕੀ ਜਦੋਂ ਤੁਸੀਂ ਗਰਾਊਂਡ ਲੈਵਲ 'ਤੇ ਇਸ ਚੀਜ਼ ਨੂੰ ਕੀਤਾ, ਤੁਸੀਂ ਪਰਸਨਲੀ ਕਿਹੜੀ ਚੀਜ਼ ਦੇਖੀ ਸੀਗੀ ਕਿ ਵਾਹ ਯਾਰ, ਮਤਲਬ ਇਹ ਸਮਾਜ ਤਾਂ ਮੈਂ ਦੇਖਦਾ ਸੀਗਾ, ਅੱਜ ਜਦੋਂ ਆਪ ਫੀਲ ਕਰ ਪਾ ਰਿਹਾ ਤਾਂ ਵਾਕਈ ਬਹੁਤ ਰਿਸਪੋਂਸੀਬਿਲਿਟੀ, ਬੜਾ ਵੱਡਾ ਟਾਸਕ। ਦੇਖੋ, ਜਿੱਦਾਂ ਦੀ ਰਿਸਪੋਂਸੀਬਿਲਿਟੀ ਮੈਨੂੰ ਡਾਇਰੈਕਟਰ ਔਰ ਰਾਈਟਰ ਨੇ ਦਿੱਤੀ ਸੀਗੀ, ਮੈਂ ਉਸਦੇ ਬਹੁਤ ਨਜ਼ਦੀਕ ਰਹਿਣ ਦੀ ਕੋਸ਼ਿਸ਼ ਕੀਤੀ ਔਰ ਉਹਦੇ ਅਰਾਊਂਡ ਹੀ ਮੈਂ ਪਲੇ ਕਰਨ ਦਾ ਕੋਸ਼ਿਸ਼ ਕੀਤੀ ਆ। ਔਰ ਜਿਹੜੀ ਮੇਰੀ ਆਪਣੀ ਖੁਦ ਦੀ ਰਿਸਰਚ ਸੀਗੀ, ਸ਼ਾਇਦ ਜੋ ਡਾਇਰੈਕਟਰ ਨੂੰ ਵੀ ਨਹੀਂ ਸੀ ਪਤਾ ਜਾਂ ਰਾਈਟਰ ਨੂੰ ਵੀ ਨਹੀਂ ਸੀ ਪਤਾ, ਉਹ ਚੀਜ਼ਾਂ ਨੂੰ ਵੀ ਮੈਂ ਕੱਢ ਕੇ ਲੈ ਕੇ ਸਾਹਮਣੇ ਆਇਆ। ਔਰ ਜਦੋਂ ਤੁਸੀਂ ਫਿਲਮ ਨੂੰ ਦੇਖੋਗੇ ਤਾਂ ਬਹੁਤ ਬਰੀਕ ਬਰੀਕ ਚੀਜ਼ਾਂ ਨੇ, ਬਹੁਤ ਬਹੁਤ ਇਹੋ ਜਿਹੇ ਤੁਹਾਨੂੰ ਐਲੀਮੈਂਟਸ ਦੇਖਣ ਨੂੰ ਮਿਲਣਗੇ, ਸ਼ਾਇਦ ਉਹ ਤੁਸੀਂ ਨਹੀਂ ਕਿਤੇ ਦੇਖੇ ਹੋਣੇ।
ਜਾਂ ਉਹਨਾਂ ਦੇ ਵਿੱਚ ਹੀ ਦੇਖੇ ਹੋਣੇ ਆ। ਸੋ ਇਹ ਮੈਂ ਬਲੈਸਡ ਹਾਂ ਵੀ ਜਿਹੜੀ ਇੱਕ ਇਸ ਕਮਿਊਨਿਟੀ ਲਈ ਵੀ ਮੈਂ ਉਸ ਦਰਦ ਨੂੰ ਵੀ ਬਿਆਨ ਕਰਨ ਦੀ ਕੋਸ਼ਿਸ਼ ਕਰੂੰਗਾ। ਹਾਂ, ਕੌਮੇਡੀ ਹੈ ਪਰ ਇੱਕ ਇਮੋਸ਼ਨ ਉਹਦੇ ਨਾਲ ਨਾਲ ਟਰੈਵਲ ਕਰ ਰਿਹਾ, ਕਿਉਂਕਿ ਆਖਿਰਕਾਰ ਨੂੰ ਉਹ ਵੀ ਜੀ ਨੇ, ਉਹ ਵੀ ਰੱਬ ਦੇ ਜੀ ਨੇ, ਉਹ ਵੀ ਬੰਦੇ ਹੀ ਨੇ, ਉਹ ਵੀ ਕਿਤੇ ਨਾ ਕਿਤੇ ਉਹਨਾਂ 'ਚ ਵੀ ਜਾਣ ਵੱਸਦੀ ਆ। ਹਰ ਬੰਦੇ ਦੀ ਖੁਸ਼ੀ, ਹਰ ਬੰਦੇ ਦਾ ਗਮ, ਹਰ ਬੰਦੇ ਦਾ ਦੁੱਖ ਇੱਕੋ ਜਿਹਾ ਹੀ ਹੁੰਦਾ। ਉਹ ਕਿਹਨੂੰ ਦੇਖ ਕੇ ਖੁਸ਼, ਉਹ ਆਪਣੇ ਮਾਂ ਨੂੰ ਦੇਖ ਕੇ ਹਮੇਸ਼ਾ ਖੁਸ਼ ਹੁੰਦਾ, ਆਪਣੀ ਵਾਈਫ ਨੂੰ ਦੇਖ ਕੇ ਖੁਸ਼ ਹੁੰਦਾ, ਜਾਂ ਆਪਣੇ ਦੋਸਤ ਨੂੰ ਦੇਖ ਕੇ ਖੁਸ਼ ਹੁੰਦਾ। ਇਹ ਬੰਦੇ ਸਾਡੀ ਜਿਹੜੀ ਆਪਸੀ ਆਪਾਂ ਕਹਿ ਸਕਦੇ ਹਾਂ ਵੀ ਇੱਕ ਜਿਹੜਾ ਪਰਮਾਤਮਾ ਵੱਲੋਂ ਸਾਡਾ ਇੱਕ ਰਿਲੇਸ਼ਨ ਬਣਿਆ ਹੋਇਆ ਦੁਨੀਆ 'ਤੇ, ਜਿਹਦੇ ਜਿਹਦੇ ਹਿੱਸੇ ਜੋ ਜੋ ਚੀਜ਼ ਆਈ ਆ, ਉਹ ਚਾਹੇ ਉਹ ਮੇਰੇ ਵੱਲ ਮੇਰੇ ਕੋਲ ਦੋ ਜ਼ਿਆਦਾ ਨੇ, ਤੁਹਾਡੇ ਕੋਲ ਦੋ ਘੱਟ ਨੇ, ਪਰ ਇਮੋਸ਼ਨ ਸੇਮ ਹੀ ਆ। ਤਾਂ ਉਹਦੀ ਵੈਲਿਊ ਅਤੇ ਉਹਦੀ ਮੈਂ ਕਹਿੰਦਾ ਵੀ ਵੈਲਿਊ ਵੀ ਰੱਖੋ ਅਤੇ ਉਹਦੀ ਕਦਰ ਵੀ ਕਰਨੀ ਚਾਹੀਦੀ ਹੈ। ਚਾਹੇ ਰੱਬ ਨੇ ਜਿਸ ਮਰਜ਼ੀ ਹਾਲ 'ਚ ਜਿਹਨੂੰ ਮਰਜ਼ੀ ਰੱਖਿਆ, ਪਰ ਉਹਦੇ ਵਿੱਚ ਇਹ ਗੱਲ ਯਾਦ ਰੱਖਿਓ, ਜੋ ਸ਼ਾਇਦ ਜੇ ਤੁਸੀਂ ਉਸ ਥਾਂ 'ਤੇ ਤੁਸੀਂ ਆਪਣੇ ਆਪ ਨੂੰ ਦੇਖੋਗੇ ਤਾਂ ਤੁਹਾਡੇ ਤੋਂ ਜਰੀ ਨਹੀਂ ਜਾਣੀ। ਤੁਸੀਂ ਹਮੇਸ਼ਾ ਇਹ ਕਹੋਗੇ ਵੀ ਹਾਂ, ਰੱਬ ਸਾਡੀ ਹੁਣੇ ਜਾਣ ਕੱਢ ਲਏ ਅਤੇ ਧੰਨ ਨੇ ਜਿਹੜੇ ਜਿਸ ਰੂਪ ਦੇ ਵਿੱਚ ਵੀ, ਜਿਸ ਰੂਪ ਦੇ ਵਿੱਚ ਵੀ ਬੈਠੇ ਨੇ ਜਾਂ ਜਿੱਥੇ ਵੀ ਵੱਸਦੇ ਨੇ, ਉਹ ਉਹਨਾਂ ਦਾ ਕੰਮ ਸਿਰਫ ਦੁਆਵਾਂ ਦੇਣਾ ਵਾ, ਔਰ ਉਹ ਦੁਆ ਦੇ ਕੇ ਹੀ ਤੁਹਾਨੂੰ ਅੱਗੇ ਲੰਘ ਜਾਂਦੇ ਨੇ। ਔਰ ਦੁਆਵਾਂ ਲੈਂਦੇ ਜਾਓ ਔਰ ਆਪਣੇ ਆਪਣੇ ਆਪਣੀ ਜ਼ਿੰਦਗੀ ਨੂੰ ਕਾਮਯਾਬ ਆਪੇ ਹੁੰਦੀ ਜਾਊਗੀ, ਤਾਂ ਫਲੋ ਦੇ ਉੱਤੇ ਛੱਡੋ, ਮੈਨੂੰ ਮੇਰਾ ਮੰਨਣਾ ਹੈ। ਪਹਿਲਾਂ ਇੱਕ ਅਸੀਂ ਮੁੰਡੇ ਹੁੰਦੇ ਹਾਂ, ਫਿਰ ਅਸੀਂ ਉਸ ਤੋਂ ਬਾਅਦ ਹਸਬੈਂਡ ਬਣਦੇ ਹਾਂ, ਫਿਰ ਉਸ ਤੋਂ ਬਾਅਦ ਅਸੀਂ ਫਾਦਰ ਬਣਦੇ ਹਾਂ। ਅਤੇ ਜਦੋਂ ਅਸੀਂ ਫਾਦਰ ਬਣਦੇ ਹਾਂ ਨਾ, ਫਾਦਰ ਬਣ ਕੇ ਨਾ ਸਾਡੀ ਨਾ ਬੜੀ ਛੋਟੀ ਛੋਟੀ ਮੈਮਰੀਜ਼ ਨਾ ਦਿਖਾਉਣ ਦਾ ਦਿਲ ਕਰਦਾ ਆਪਣੇ ਬੇਟੇ ਨੂੰ, ਆਪਣੇ ਬੱਚੇ ਨੂੰ। ਕਦੀ ਬੇਟੇ ਨੂੰ ਗੋਦ ਵਿੱਚ ਬਹਿ ਕੇ, ਕਦੀ ਆਪਣੀ ਜਦੋਂ ਕੋਈ ਗਾਣਾ ਜਾਂ ਕੋਈ ਫਿਲਮ ਦਿਖਾਈ ਆ, ਮੈਂ ਉਹਨਾਂ ਨੂੰ ਜ਼ਰੂਰ ਇੱਦਾਂ ਦਾ ਐਕਸਪੀਰੀਅੰਸ ਸ਼ੇਅਰ ਕਰਾਂ, ਕਿਉਂਕਿ ਜ਼ਰੂਰ ਕਰਦੇ ਕੀਤਾ ਜ਼ਰੂਰ ਹੋਣਾ। ਮੈਂ ਚਾਹੁੰਗਾ ਉਹ ਫੀਲ ਜਾਣਨਾ ਚਾਹੁੰਦਾ ਹਾਂ ਕਿ ਉਹ ਫੀਲ ਕਿਵੇਂ ਦਾ ਹੁੰਦਾ ਨਹੀਂ ਜਿਹੜੇ, ਕਿਉਂਕਿ ਬੜਾ ਤਰਸਦਾਰ, ਬੜਾ ਵੇਟ ਨਾਲ ਆਉਂਦੀ ਹੈ ਇਹ ਚੀਜ਼। ਮੇਰਾ ਆਰਟਿਸਟ ਹੋਣ ਦੇ ਨਾਤੇ ਮੈਨੂੰ ਬਹੁਤ ਘੱਟ ਸਮਾਂ ਮਿਲਿਆ ਉਹਦੇ ਨਾਲ ਟਾਈਮ ਸਪੈਂਡ ਕਰਨ ਲਈ, ਪਰ ਮੈਨੂੰ ਜਿੰਨਾ ਵੀ ਟਾਈਮ ਸਪੈਂਡ ਕਰਨ ਨੂੰ ਮੌਕਾ ਮਿਲਿਆ, ਮੈਂ ਹਮੇਸ਼ਾ ਇਹੀ ਕੋਸ਼ਿਸ਼ ਕੀਤੀ ਆ ਵੀ ਜੋ ਚੀਜ਼ ਦੀ, ਜਿਸ ਚੀਜ਼ ਦੀ ਸਿੱਖਿਆ ਮੈਂ ਉਹਨੂੰ ਚੰਗੀ ਸਿੱਖਿਆ ਦੇ ਸਕਦਾ, ਵੀ ਕੱਲ੍ਹ ਨੂੰ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਪੈਰ ਰੱਖਣਾ ਹੈ। ਔਰ ਪਿਓ ਇੱਕ ਹਰ ਪੁੱਤ ਦੀ ਜ਼ਿੰਦਗੀ ਦੇ ਵਿੱਚ ਇੱਕ ਇਹੋ ਜਿਹੀ ਜ਼ਿੰਮੇਵਾਰੀ ਹੁੰਦੀ ਹੈ, ਜੋ ਹਮੇਸ਼ਾ ਇਹ ਪਿਓ ਹਮੇਸ਼ਾ ਸੋਚਦਾ ਹੁੰਦਾ ਵਾ ਵੀ ਆਪਣੇ ਪੁੱਤ ਨੂੰ ਮੈਂ ਉਹ ਚੀਜ਼ ਕਰਕੇ ਦੇਵਾਂ ਸ਼ਾਇਦ ਜਿਹੜੀ ਮੈਂ ਦੇਖੀ ਉਹਨੂੰ ਨਾ ਦੇਖਣਾ ਪਊ। ਔਰ ਮੈਂ ਹਮੇਸ਼ਾ ਨਿਸ਼ਾਨ ਨੂੰ ਲੈ ਕੇ ਵੀ ਇਹੀ ਕੋਸ਼ਿਸ਼ ਕਰਦਾ ਹੁੰਦਾ ਵੀ ਉਹ ਇੱਕ ਉਹਨੂੰ ਇਨਸਾਨੀਅਤ ਬਾਰੇ ਜ਼ਰੂਰ ਪਤਾ ਹੋਵੇ। ਜਿਹੜੇ ਇੱਥੇ ਦੀਆਂ ਮਟੀਰੀਅਲਿਸਟਿਕ ਚੀਜ਼ਾਂ ਨੇ ਉਹਨੂੰ ਆਪੇ ਮਿਲ ਜਾਣਗੀਆਂ। ਔਰ ਮੇਰੇ ਲਈ ਨਾ ਤਾਂ ਮੇਰੇ ਲਈ ਕਦੀ ਜ਼ਰੂਰੀ ਹੋਇਆ ਵੀ ਮੈਂ ਮਟੀਰੀਅਲਿਸਟਿਕ ਚੀਜ਼ਾਂ ਨੂੰ ਦੇ ਵੱਲ ਝੁਕਾਵ ਹੋਵੇ ਮੇਰਾ, ਔਰ ਮੈਨੂੰ ਐਂ ਲੱਗਦਾ ਵੀ ਉਹਦਾ ਵੀ ਨਹੀਂ ਹੋਊਗਾ, ਕਿਉਂਕਿ ਅਸੀਂ ਜਿਸ ਤਰੀਕੇ ਦੀ ਅਸੀਂ ਲਾਈਫ ਨੂੰ ਜਿਉਂਦੇ ਹਾਂ ਉਹ ਇੱਕ ਰਿਫਲੈਕਸ਼ਨ ਤੁਹਾਡੇ ਬੱਚੇ 'ਚੋਂ ਹਮੇਸ਼ਾ ਦਿਖਦੀ ਆ। ਉਹ ਬਲੱਡ ਲਾਈਨ ਜਿਹਨੂੰ ਅਸੀਂ ਕਹਿੰਦੇ ਹਾਂ, ਕਿਉਂਕਿ ਇਹ ਪਰਮਾਤਮਾ ਵੱਲੋਂ ਤੋਰੀਆਂ ਚੀਜ਼ਾਂ ਨੇ। ਔਰ ਜੇ ਮੇਰੇ ਵਿੱਚ ਲੋਭ ਹੰਕਾਰ ਹੋਊਗਾ ਤਾਂ ਬਟ ਓਬਵੀਅਸ ਆ ਵੀ ਉਹ ਮੇਰੇ ਬੱਚੇ 'ਚੋਂ ਵੀ ਉਹ ਦਿਖੂਗਾ। ਪਰ ਮੈਂ ਕੋਸ਼ਿਸ਼ ਕਰਦਾ, ਪਰਮਾਤਮਾ ਦਾ ਸ਼ੁਕਰ ਕਰਦਾ, ਉਸ ਰੱਬ ਦਾ ਸ਼ੁਕਰ ਕਰਦਾ ਵੀ ਜਿੰਨੀ ਕੁ ਵੀ ਚੀਜ਼, ਜਿੰਨੀ ਕੁ ਵੀ ਸੋਝੀ ਮੈਨੂੰ ਪਰਮਾਤਮਾ ਵੱਲੋਂ ਹੈਗੀ ਆ, ਔਰ ਚੰਗੀ ਮੈਂ ਚੀਜ਼ ਨੂੰ ਉਹਨੂੰ ਦੇਵਾਂ ਔਰ ਸੋਸਾਇਟੀ ਦੇ ਵਿੱਚ ਚੰਗਾ ਹੀ ਸਰਵ ਕਰੇ, ਬਸ ਇਹੀ ਪਰਮਾਤਮਾ ਵੱਲੋਂ। ਇਹੀ ਗੱਲਾਂ ਕਰਕੇ ਨਾ ਸਾਡੀ ਇੰਟਰਵਿਊ ਨਾ ਹੋਰ ਜ਼ਿਆਦਾ ਚੰਗੀ ਬਣ ਜਾਂਦੀ ਹੈ, ਕਿਉਂਕਿ ਤੁਸੀਂ ਇਨਸਾਨ ਬੜੇ ਚੰਗੇ ਹੋ, ਸਾਨੂੰ ਵੇਟ ਰਹਿੰਦੀ ਹੈ, ਹਰ ਵਾਰੀ ਮਿਲਦੇ ਰਹੀਏ। ਥੈਂਕ ਯੂ ਜੀ, ਫਿਲਮ ਥੈਂਕ ਯੂ ਜੀ। ਇਹ 29 ਨੂੰ ਫਿਲਮ ਆ ਰਹੀ ਆ, ਔਰ ਤੁਸੀਂ ਫਿਲਮ ਜਾ ਕੇ ਜ਼ਰੂਰ ਦੇਖਿਓ, ਔਰ ਮੈਨੂੰ ਉਮੀਦ ਆ ਵੀ ਜਿਸ ਕਿਰਦਾਰ ਨੂੰ ਮੈਂ ਪਲੇ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਚੰਗਾ ਲੱਗੇ। ਔਰ ਜਿਹੜੇ ਹਮੇਸ਼ਾ ਇਹ ਪੰਜਾਬੀ ਸਿਨੇਮਾ ਨਾਲ ਕੰਪਲੇਂਟ ਕਰਦੇ ਨੇ ਕੁਛ ਚੰਗਾ ਕੁਛ ਹੋਰ ਨਹੀਂ ਆ ਰਿਹਾ, ਕੁਛ ਹੋਰ ਨਹੀਂ, ਉਹਨਾਂ ਲਈ ਵੀ ਆ। ਔਰ ਬਾਕਸ ਆਫਿਸ ਕੀ ਕੰਮ ਕਰੂਗੀ ਆਈ ਡੋਂਟ ਨੋ, ਪਰ ਮੈਨੂੰ ਇਹ ਪਤਾ ਵੀ ਜੋ ਜਿਸ ਲਾਇਬ੍ਰੇਰੀ ਨੂੰ ਦੇ ਵਿੱਚ ਵੜ ਕੇ ਮੈਂ ਜਿਸ ਸਬਜੈਕਟ ਦੇ ਉੱਤੇ ਕੰਮ ਕਰ ਰਿਹਾ, ਉਹ ਸਬਜੈਕਟ ਇੱਕ ਜ਼ਰੂਰ ਇਹ ਹੋਊਗਾ ਵੀ ਜੇ ਕੰਮ ਕਰਕੇ ਗਿਆ ਸੀ ਤਾਂ। ਜਦੋਂ ਇਨਸਾਨ ਆਪਣੀ ਬੀਅਰਡ ਲੁੱਕ ਰੱਖਦਾ ਨਾ ਲੌਂਗ ਟਾਈਮ ਤੋਂ, ਤਾਂ ਕੁਛ ਅਲੱਗ
ਲੋਕ ਬੜਾ ਦੇਖਣਾ ਚਾਹੁੰਦੇ ਕਿ ਜਦੋਂ ਇਨਸਾਨ ਕਲੀਨ ਹੋਵੇ, ਭਾਵੇਂ ਸਾਡਾ ਮਿੱਤਰ ਆ ਭਾਵੇਂ ਕੋਈ ਕਲਾਕਾਰ ਆ, ਅਤੇ ਲੋਕਾਂ ਨੂੰ ਬੜੀ ਵੇਟ ਆ ਨਿੰਜੇ ਨੂੰ ਕਲੀਨ ਦੇਖਣ ਦੀ। ਨਹੀਂ ਹਜੇ ਤਾਂ ਅੱਜ ਤੱਕ ਇਸ ਬੀਟ ਦਾ ਵੀ ਕਰੈਕਟਰ ਹਜੇ ਲੈ ਕੇ ਆ ਰਿਹਾ, ਕਿਉਂਕਿ ਮੈਂ ਇਸ ਇਹਦੇ 'ਤੇ ਇਸ ਕਰੈਕਟਰ ਦੇ ਉੱਤੇ ਇੱਕ ਵਰਕ ਕਰਦਾ ਪਿਆ, ਔਰ ਕੋਸ਼ਿਸ਼ ਕਰੂੰਗਾ ਵੀ ਇਹ ਜਿੱਦਾਂ ਦਾ ਦਿਖ ਰਿਹਾ, ਔਰ ਜੋ ਤੁਸੀਂ ਥੀਏਟਰ 'ਚ ਦੇਖੋਗੇ ਜਿਸ ਦਿਨ ਉਹਦਾ ਮੈਂ ਕੁਛ ਫਸਟ ਲੁੱਕ ਵਗੈਰਾ ਸ਼ੇਅਰ ਕਰੂੰਗਾ ਤਾਂ ਤੁਹਾਨੂੰ ਮਜ਼ਾ ਆਊਗਾ। ਗ੍ਰੇਟ ਬਾਈ, ਲੁਕਿੰਗ ਫੋਰਵਰਡ ਟੂ ਇਟ, ਐਂਡ ਬੜਾ ਬੜਾ ਧੰਨਵਾਦ, ਛੇਤੀ ਮਿਲਦੇ। ਥੈਂਕ ਯੂ ਸੋ ਮਚ, ਗੋਡ ਬਲੈਸ।